कनेडा दुनिया का दूजा सब तो बड़ा देश है। एरिया के पक्षों यह नॉर्थ अमेरिका का सब तो बड़ा देश है। कनेडा का बहुत ही सोहना शहर है टोरंटो, जिहड़ा कि इत्थों दे राज ओंटारियो की राजधानी भी है। टोरंटो शहर नूं कनेडा का सब तो पापूलर शहर मनिया जाता है। टोरंटो नॉर्थ अमेरिका का चौथा सब तो बड़ा शहर भी है। इत्थों की कुल आबादी 62 लाख के नेड़े तेड़े है। कनेडा का सब तो वध आबादी वाला शहर भी है। पर टोरंटो शहर के रहने वाले 50% लोग अजिहे हैं जिहड़े कि बाहर किसी होर देशों तो आके इत्थे वसे हुए ने। इस शहर के हर साल बाहर तो काफ़ी लोग ਆਉਂਦੇ ਨੇ ਤੇ ਇੱਥੇ ਸ਼ਿਫਟ ਹੋ ਜਾਂਦੇ ਨੇ। ਬਾਹਰ ਵਾਲੇ ਦੇਸ਼ਾਂ ਤੋਂ ਜੋ ਸਭ ਤੋਂ ਜ਼ਿਆਦਾ ਲੋਕ ਟੋਰਾਂਟੋ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਸੰਖਿਆ ਭਾਰਤੀਆਂ ਦੀ ਹੁੰਦੀ ਹੈ ਤੇ ਉਸ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਇੱਥੇ ਪੰਜਾਬੀ ਆਉਂਦੇ ਨੇ। ਟੋਰਾਂਟੋ ਦੇ ਵਿੱਚ ਪੰਜਾਬੀਆਂ ਦੀ ਸੰਖਿਆ ਇੰਨੀ ਜ਼ਿਆਦਾ ਹੈ ਕਿ ਟੋਰਾਂਟੋ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਇੱਥੋਂ ਦੀ ਸਰਕਾਰੀ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ ਹੈ। ਕੈਨੇਡਾ ਦਾ ਜ਼ਿਆਦਾਤਰ ਏਰੀਆ ਪੰਜਾਬੀਆਂ ਦੇ ਨਾਲ ਭਰਿਆ ਪਿਆ ਹੈ, ਇਸ ਲਈ ਕੈਨੇਡਾ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ। ਟੋਰਾਂਟੋ ਸ਼ਹਿਰ ਦੀ ਗਿਣਤੀ ਦੁਨੀਆ ਦੇ ਸਭ ਤੋਂ ਜ਼ਿਆਦਾ ਡਿਵੈਲਪ ਸ਼ਹਿਰਾਂ ਦੇ ਵਿੱਚ ਕੀਤੀ ਜਾਂਦੀ ਹੈ। ਮੋਸਟ ਬਿਜ਼ਨਸ ਕੰਪੀਟੀਟਰ ਬਿਜ਼ਨਸ ਸਿਟੀ ਦੇ ਮਾਮਲੇ ਵਿੱਚ ਟੋਰਾਂਟੋ ਦੂਜੇ ਨੰਬਰ ਤੇ ਆਉਂਦਾ ਹੈ। ਆਰਥਿਕ ਰੂਪ ਦੇ ਵਿੱਚ ਇਹ ਸ਼ਹਿਰ ਬਹੁਤ ਜ਼ਿਆਦਾ ਮਜ਼ਬੂਤ ਹੈ। ਆਰਥਿਕ ਰੂਪ ਦੇ ਵਿੱਚ ਸਭ ਤੋਂ ਜ਼ਿਆਦਾ ਮਜ਼ਬੂਤ ਹੋਣ ਦੇ ਮਾਮਲੇ ਵਿੱਚ ਟੋਰਾਂਟੋ ਸ਼ਹਿਰ ਦੀ ਗਿਣਤੀ ਦੁਨੀਆ ਦੇ 12ਵੇਂ ਸਭ ਤੋਂ ਆਰਥਿਕ ਤੌਰ ਤੇ ਮਜ਼ਬੂਤ ਸ਼ਹਿਰ ਦੇ ਵਿੱਚ ਕੀਤੀ ਜਾਂਦੀ ਹੈ। ਇਹੀ ਨਹੀਂ, ਟੋਰਾਂਟੋ ਨੂੰ ਪੂਰੇ ਉੱਤਰੀ ਅਮਰੀਕਾ ਦਾ ਸਭ ਤੋਂ ਸੁਰੱਖਿਅਤ ਸ਼ਹਿਰ ਵੀ ਮੰਨਿਆ ਜਾਂਦਾ ਹੈ। ਇੱਥੋਂ ਦਾ ਪਬਲਿਕ ਟਰਾਂਸਪੋਰਟ ਪੂਰੇ ਉੱਤਰੀ ਅਮਰੀਕਾ ਦਾ ਦੂਜਾ ਸਭ ਤੋਂ ਵੱਡਾ ਪਬਲਿਕ ਟਰਾਂਸਪੋਰਟ ਹੈ। ਇਹ ਵੀ ਇੱਕ ਟੋਰਾਂਟੋ ਸ਼ਹਿਰ ਦੀ ਖਾਸੀਅਤ ਹੈ ਕਿ ਲੋਕ ਇੱਥੇ ਬਿਨਾਂ ਡਰ ਤੋਂ ਘੁੰਮ ਸਕਦੇ ਨੇ ਤੇ ਇਹੀ ਕਾਰਨ ਕਰਕੇ ਟੋਰਾਂਟੋ ਦੇ ਵਿੱਚ ਹਰ ਸਾਲ ਬਹੁਤ ਜ਼ਿਆਦਾ ਸੈਲਾਨੀ ਆਉਂਦੇ ਨੇ। ਵੈਸੇ ਤਾਂ ਟੋਰਾਂਟੋ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਇਸ ਨੂੰ ਦੂਜੇ ਸ਼ਹਿਰਾਂ ਦੇ ਨਾਲੋਂ ਅਲੱਗ ਬਣਾਉਂਦੀਆਂ ਨੇ, ਪਰ ਜਦੋਂ ਗੱਲ ਕੀਤੀ ਜਾਵੇ ਸੀਐਨ ਟਾਵਰ ਦੀ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਦਿੰਦਾ ਹੈ। ਸੀਐਨ ਟਾਵਰ ਟੋਰਾਂਟੋ ਦੀ ਸਭ ਤੋਂ ਵੱਡੀ ਪਹਿਚਾਣ ਹੈ। ਟੋਰਾਂਟੋ ਦਾ ਇਹ ਲੈਂਡਮਾਰਕ 553 ਮੀਟਰ ਉੱਚਾ ਹੈ। ਇਸ ਦੇ ਵਿੱਚ ਤੁਸੀਂ ਗਲਾਸ ਵਾਕ ਤੇ ਐਜ ਵਾਕ ਦਾ ਨਜ਼ਾਰਾ ਲੈ ਸਕਦੇ ਹੋ। ਸੀਐਨ ਟਾਵਰ ਤੇ ਜੇਕਰ ਤੁਸੀਂ ਐਜ ਵਾਕ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਕੇਬਲ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਤੇ ਫਿਰ ਤੁਸੀਂ ਇਸ ਟਾਵਰ ਦੀ ਉਚਾਈ ਤੇ ਕਿਨਾਰੇ ਕਿਨਾਰੇ ਚੱਲ ਸਕਦੇ ਹੋ। ਟੋਰਾਂਟੋ ਆਉਣ ਵਾਲੇ ਲੋਕ ਇਸ ਟਾਵਰ ਦਾ ਨਜ਼ਾਰਾ ਲੈ ਬਿਨਾਂ ਇੱਥੋਂ ਵਾਪਸ ਨਹੀਂ ਜਾਂਦੇ। 2007 ਤੱਕ ਸੀਐਨ ਟਾਵਰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਸੀ ਤੇ ਇਹ ਰਿਕਾਰਡ ਇਸ ਦੇ ਨਾਮ 32 ਸਾਲ ਤੱਕ ਰਿਹਾ, ਪਰ ਸਨ 2008 ਤੋਂ ਬਾਅਦ ਇਹ ਰਿਕਾਰਡ ਦੁਬਈ ਦੀ ਬੁਰਜ ਖਲੀਫਾ ਦੇ ਨਾਮ ਹੋ ਗਿਆ। ਤਾਂ ਦੱਸ ਦਿੰਦੇ ਹਾਂ ਕਿ ਇਸ ਟਾਵਰ ਦੇ ਅੰਦਰ 350 ਤੋਂ ਜ਼ਿਆਦਾ ਰੈਸਟੋਰੈਂਟ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਖਾਣਾ ਮਿਲੇਗਾ। ਟੋਰਾਂਟੋ ਨੂੰ ਦੁਨੀਆ ਦੇ ਸਭ ਤੋਂ ਜ਼ਿਆਦਾ ਸਾਫ਼ ਸੁਥਰੇ ਸ਼ਹਿਰਾਂ ਦੇ ਵਿੱਚੋਂ ਵੀ ਇੱਕ ਗਿਣਿਆ ਜਾਂਦਾ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਟੋਰਾਂਟੋ ਦੇ ਵਿੱਚ 250 ਤੋਂ ਜ਼ਿਆਦਾ ਅਜਿਹੇ ਰਸਤੇ ਨੇ ਜਿਹੜੇ ਕਿ ਸਰਕਾਰੀ ਨਹੀਂ ਬਲਕਿ ਪ੍ਰਾਈਵੇਟ ਨੇ ਤੇ ਇਹਨਾਂ ਰਸਤਿਆਂ ਦੀ ਦੇਖਭਾਲ ਇੱਥੋਂ ਦੀ ਪਬਲਿਕ ਵੱਲੋਂ ਹੀ ਕੀਤੀ ਜਾਂਦੀ ਹੈ ਤੇ ਜੇਕਰ ਲੋਕ ਇਹਨਾਂ ਰਸਤਿਆਂ ਦੀ ਦੇਖਭਾਲ ਕਰਨਗੇ ਤਾਂ ਜ਼ਾਹਰ ਹੈ ਕਿ ਇਹ ਰਸਤੇ ਕਾਫੀ ਜ਼ਿਆਦਾ ਸਾਫ਼ ਸੁਥਰੇ ਰਹਿਣਗੇ। ਜਦੋਂ ਟੋਰਾਂਟੋ ਸ਼ਹਿਰ ਦੇ ਰਸਤਿਆਂ ਦੀ ਗੱਲ ਹੋ ਰਹੀ ਹੈ ਤਾਂ ਅਸੀਂ ਤੁਹਾਨੂੰ ਲੱਗਦੇ ਹੱਥ ਇਹ ਵੀ ਪੁੱਛ ਲੈਂਦੇ ਹਾਂ ਕਿ ਤੁਸੀਂ ਕਦੇ ਇਹ ਸੋਚਿਆ ਹੈ ਕਿ ਦੁਨੀਆ ਦੀ ਸਭ ਤੋਂ ਲੰਬੀ ਗਲੀ ਜਾਂ ਕਹੀਏ ਆਪਾਂ ਸਟਰੀਟ ਕਿਹੜੇ ਦੇਸ਼ ਅਤੇ ਕਿਹੜੇ ਸ਼ਹਿਰ ਦੇ ਵਿੱਚ ਹੈ? ਉਹ ਦੇਸ਼ ਹੈ ਜੀ ਕੈਨੇਡਾ ਤੇ ਉਹ ਸ਼ਹਿਰ ਹੈ ਜੀ ਟੋਰਾਂਟੋ ਜਿੱਥੇ ਦੁਨੀਆ ਦੀ ਸਭ ਤੋਂ ਲੰਬੀ ਗਲੀ ਹੈ। ਇਸ ਸਟਰੀਟ ਨੂੰ ਯੰਗ ਸਟਰੀਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਗਲੀ ਦੀ ਲੰਬਾਈ 1896 ਕਿਲੋਮੀਟਰ ਹੈ। ਇਸ ਦੀ ਜਿੰਨੀ ਲੰਬਾਈ ਹੈ ਕੁਝ ਦੇਸ਼ਾਂ ਦੇ ਵਿੱਚ ਤਾਂ ਉਹਨਾਂ ਦੇ ਹਾਈਵੇ ਦੀ ਇੰਨੀ ਲੰਬਾਈ ਨਹੀਂ ਹੈ। ਇਸ ਗਲੀ ਦੇ ਵਿੱਚ ਹਮੇਸ਼ਾ ਲੋਕਾਂ ਦੀ ਰੌਣਕ ਲੱਗੀ ਰਹਿੰਦੀ ਹੈ। ਇੱਥੇ ਖਾਣ ਪਾਣ ਵਾਲੀਆਂ ਚੀਜ਼ਾਂ ਤੋਂ ਬਿਨਾਂ ਐਜੂਕੇਸ਼ਨ ਮਟੀਰੀਅਲ ਵੀ ਮਿਲਦਾ ਹੈ। ਟੋਰਾਂਟੋ ਦਾ ਇੰਟਰਨੈਸ਼ਨਲ ਏਅਰਪੋਰਟ ਦੁਨੀਆ ਦੇ ਸਭ ਤੋਂ ਬਿਜ਼ੀ ਏਅਰਪੋਰਟ ਦੀ ਲਿਸਟ ਵਿੱਚ ਵੀ ਸ਼ਾਮਲ ਹੈ। ਇਸ ਏਅਰਪੋਰਟ ਤੋਂ 5 ਲੱਖ ਫਲਾਈਟ 50 ਮਿਲੀਅਨ ਯਾਤਰੀਆਂ ਨੂੰ ਲੈ ਕੇ ਉੱਡੀਆਂ ਸਨ। ਪਰ ਇੱਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਕੋਈ ਰੈਸਕਿਊ ਆਪਰੇਸ਼ਨ ਨਹੀਂ ਸੀ। ਰਿਪੋਰਟਸ ਦੇ ਅਨੁਸਾਰ ਸਨ 2019 ਦੇ ਵਿੱਚ ਇੱਥੋਂ ਇੰਨੀਆਂ ਫਲਾਈਟ ਦੁਨੀਆ ਦੇ 200 ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਗਈਆਂ। ਟੋਰਾਂਟੋ ਦੇ ਚਿੜੀਆਘਰ ਦੇ ਵਿੱਚ ਮੌਜੂਦ ਪਾਂਡਾ ਬਹੁਤ ਜ਼ਿਆਦਾ ਪਾਪੂਲਰ ਨੇ। ਇੱਥੋਂ ਦੇ ਚਿੜੀਆਘਰ ਦੇ ਵਿੱਚ ਰਹਿਣ ਵਾਲੇ ਪਾਂਡਾ ਬਾਰੇ ਇੱਕ ਗੱਲ ਅਜਿਹੀ ਹੈ ਜੋ ਕਿ ਸ਼ਾਇਦ ਹੀ ਤੁਸੀਂ ਪਹਿਲਾਂ ਕਦੇ ਸੁਣੀ ਹੋਵੇਗੀ। ਅਸਲ ਦੇ ਵਿੱਚ ਚੀਨ ਤੋਂ ਟੋਰਾਂਟੋ ਦੇ ਚਿੜੀਆਘਰ ਦੇ ਵਿੱਚ 2 ਪਾਂਡਾ ਲਿਆਏ ਗਏ ਸਨ ਜਿਨ੍ਹਾਂ ਦਾ ਸਾਲਾਨਾ ਕਿਰਾਇਆ 7 ਕਰੋੜ ਤੋਂ ਵੀ ਜ਼ਿਆਦਾ ਸੀ। ਕੈਨੇਡਾ ਤੇ ਚੀਨ ਦੀ ਸਰਕਾਰ ਦੇ ਵਿੱਚ 10 ਸਾਲਾਂ ਦਾ ਸਮਝੌਤਾ ਹੋਇਆ। ਉਸ ਤੋਂ ਬਾਅਦ ਇਹ ਪਾਂਡਾ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਵਿੱਚ ਲਿਜਾਇਆ ਗਿਆ। ਇਹ ਪਾਂਡਾ ਇਸ ਲਈ ਵੀ ਇੰਨੇ ਜ਼ਿਆਦਾ ਖਾਸ ਨੇ ਕਿਉਂਕਿ ਇਹ ਪਾਂਡਾ ਇੱਕ ਦਿਨ ਦੇ ਵਿੱਚ 40 ਕਿਲੋ ਤੱਕ ਬਾਂਸ ਜਾਂ ਆਪਾਂ ਕਹੀਏ ਬੰਬੂ ਖਾ ਜਾਂਦੇ ਨੇ। ਇਸ ਤੋਂ ਬਿਨਾਂ ਇੱਥੇ ਲਾਲ ਰੰਗ ਦਾ ਵੀ ਪਾਂਡਾ ਮਿਲਦਾ ਹੈ ਜਿਹੜਾ ਕਿ ਦੇਖਣ ਦੇ ਵਿੱਚ ਲੂੰਬੜੀ ਦੇ ਬੱਚੇ ਵਾਂਗੂ ਲੱਗਦਾ ਹੈ। ਟੋਰਾਂਟੋ ਦੇ ਚਿੜੀਆਘਰ ਨੂੰ ਦੁਨੀਆ ਦਾ ਸਭ ਤੋਂ ਵੱਡਾ ਚਿੜੀਆਘਰ ਮੰਨਿਆ ਜਾਂਦਾ ਹੈ ਜਿਸ ਦੇ ਵਿੱਚ ਤਕਰੀਬਨ 1,06,000 ਜਾਨਵਰਾਂ ਨੂੰ ਰੱਖਿਆ ਗਿਆ ਹੈ। ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਲਈ ਟੋਰਾਂਟੋ ਸਭ ਤੋਂ ਵਧੀਆ ਜਗ੍ਹਾ ਹੈ। ਕੈਨੇਡਾ ਦੇ ਇਹ ਸ਼ਹਿਰ ਟੋਰਾਂਟੋ ਨੂੰ ਸਪੋਰਟਸ ਦੇ ਨਾਲ ਵੀ ਬਹੁਤ ਜ਼ਿਆਦਾ ਲਗਾਵ ਹੈ। ਇਹੀ ਕਾਰਨ ਹੈ ਕਿ ਕੈਨੇਡਾ ਦੇ ਹੋਰ ਸਾਰੇ ਸ਼ਹਿਰਾਂ ਦੇ ਮੁਕਾਬਲੇ ਇੱਥੋਂ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਐਥਲੀਟ ਨੇ। ਟੋਰਾਂਟੋ ਦੁਨੀਆ ਦਾ ਇਕਲੌਤਾ ਇੱਕ ਅਜਿਹਾ ਸ਼ਹਿਰ ਹੈ ਜਿਹੜਾ ਕਿ 7 ਪ੍ਰਮੁੱਖ ਲੀਗਾਂ ਦੇ ਵਿੱਚ ਹਿੱਸਾ ਲੈਂਦਾ ਹੈ। ਇਸ ਦੇ ਵਿੱਚ ਹੈ ਮੇਜਰ ਲੀਗ ਬੇਸਬਾਲ, ਨੈਸ਼ਨਲ ਹਾਕੀ ਲੀਗ, ਬੇਸਬਾਲ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ, ਕੈਨੇਡੀਅਨ ਫੁੱਟਬਾਲ ਲੀਗ, ਨੈਸ਼ਨਲ ਇਲੈਕਟ੍ਰੋਜਲੀ, ਮੇਜਰ ਲੀਗ ਹਾਕੀ ਅਤੇ ਅਮਰੀਕਨ ਲੀਗ ਸ਼ਾਮਲ ਨੇ। ਟੋਰਾਂਟੋ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਦੁਨੀਆ ਦੇ ਸਭ ਤੋਂ ਜ਼ਿਆਦਾ ਮਲਟੀਕਲਚਰ ਸ਼ਹਿਰਾਂ ਦੇ ਵਿੱਚੋਂ ਇੱਕ ਹੈ। ਕਈ ਦੇਸ਼ਾਂ ਦੇ ਲੋਕ ਇੱਥੇ ਆ ਕੇ ਵਸੇ ਨੇ ਜਿਸ ਦੇ ਕਾਰਨ ਟੋਰਾਂਟੋ ਦਾ ਕਲਚਰ ਮਿਲਿਆ ਜੁਲਿਆ ਹੈ। ਕੈਰੀਬਾਨਾ ਟੋਰਾਂਟੋ ਦੀ ਸਭ ਤੋਂ ਪ੍ਰਸਿੱਧ ਪਰੰਪਰਾਵਾਂ ਵਿੱਚੋਂ ਇੱਕ ਹੈ। ਇਸ ਦੇ ਵਿੱਚ 2 ਮਿਲੀਅਨ ਤੋਂ ਜ਼ਿਆਦਾ ਲੋਕ ਹਿੱਸਾ ਲੈਂਦੇ ਨੇ ਜਿਸ ਦਾ ਆਯੋਜਨ ਹਰ ਹਫ਼ਤੇ ਕੀਤਾ ਜਾਂਦਾ ਹੈ। ਕਲਚਰ ਇਵੈਂਟ ਹੈ ਜਿਸ ਦਾ
अंडरग्राउंड शॉपिंग मॉल भी टोरंटो दे विच ही है। यह मॉल 30 किलोमीटर के दायरे दे विच फैलिया हुआ है। द गिनीज बुक ऑफ रिकॉर्ड के अनुसार यह दुनिया का सब तो बड़ा अंडरग्राउंड शॉपिंग कंपलैक्स है। इस कंपलैक्स के अंदर 12 ही तो ज्यादा शॉप और रेस्टोरेंट ने। यह मॉल टोरंटो दी 70 बिल्डिंग नु आपस दे विच जोड़ता है। टूरिस्ट तो बिना यह शहर फिल्म इंडस्ट्री नु भी काफी पसंद है। पूरे नॉर्थ अमेरिका दे विचों टोरंटो टेलीविजन और फिल्म प्रोडक्शन का तीजा सब तो बड़ा केंद्र है। न्यूयॉर्क और लंडन तो बाद तीजा सब तो बड़ा अंग्रेजी भाषा के थिएटर का डिस्ट्रिक्ट है। इस तो अलावा दुनिया के सब तो ज्यादा फिल्म फैसटिवल भी इस शहर के आयोजित किए जाते हैं। टोरंटो का सब तो बड़ा फिल्म फैसटिवल टोरंटो इंटरनेशनल फिल्म फैसटिवल है। जेकर तुम टोरंटो की स्नोफॉल का मजा लेना है तो तुम इतने दिसंबर तो लेकर अप्रैल के महीने में ही आओ। टोरंटो का सब तो वधिया मौसम सर्दियों का ही होंदा है। उस टाइम के इतने सब तो ज्यादा सैलानी घूम आते हैं क्योंकि सर्दियों के टाइम टोरंटो सब तो ज्यादा खूबसूरत लगता है। हालांकि इतने साल के 7 महीने ठंड का ही मौसम बनया रहा है, पर इतने दिसंबर तो लेकर अप्रैल तक बर्फ पैंती है। पानी 0 डिग्री ही बर्फ बन जाता है, पर 1943 कनेडा के यह शहर टोरंटो का तापमान -31 डिग्री सैलसीयस तक पहुंच गया। टोरंटो इसलिए भी बहुत ज्यादा खूबसूरत शहर मनिया जाता है क्योंकि हरियाली भरिया हुआ है। इस शहर का 25% इलाका जंगलों के 18% इलाका दरख्तों के ढकया हुआ है। इस शहर के 10 मिलियन तो भी ज्यादा दरख्त हैं। इस शहर के कई नैशनल पार्क ने जिन्होंने देखने के लिए हर साल सैलानी इतने आते रहते हैं। टोरंटो को टूरिस्ट की पहली पसंद मनिया जाता है। इसका वड्डा कारण यह भी है कि इतने 50 तो ज्यादा रोमांटिक थावां ने। यही कारण है कि इतने हर साल करोड़ों लोग घूम आते हैं। जेकर तुम भी टोरंटो शहर को घूमने बारे सोच रहे हो तो तुम इतों के कुछ नियम बारे जानना बहुत ज्यादा जरूरी है। जिमें कि टोरंटो के कितने भी स्विमिंग करना मना है। इतने कुछ थावां ही अजिहियां ने जिथे लोगों को तैरन की इजाजत है। इन्हां थावां तो बिना होर कितने तैरना इतने गैर कानूनी है। टोरंटो के एक घर के 3 तो ज्यादा कुत्ते पालन से भी पाबंदी है। टोरंटो की पार्क के लाउड स्पीकर नहीं बजा सकते। इतों के पार्कों के गाल कढ़ना भी मना है। इतों के लोकल रोड के उपर स्पीड 40 किलोमीटर प्रति घंटे की है। हर साल तकरीबन 21 मिलियन लोग टोरंटो के घूमने लिए आते हैं। इस शहर के टूरिज्म सैक्टर 1.25 लाख तो भी ज्यादा लोग काम करते हैं। टोरंटो के लिए ब्राजील, भारत, चीन और दक्षिणी कोरिया हर सैक्टर के बड़े बिजनेस पार्टनर ने। हुण तुहानू दस दें जी टोरंटो के जेकर तुम घूमन जाना चाहते हो तो इतों का वीजा प्रोसैस की है तो कितना खर्चा आएगा। सब तो पहले टोरंटो जाने के लिए कनेडा का वीजा होना बहुत ज्यादा जरूरी है। जेकर सारे दस्तावेज सही हैं तो 3 से 4 हफ्तों के कनेडा का वीजा मिल जाएगा। जेकर तुम टूरिस्ट वीजे के उपर इस देश की यात्रा करते हो तो इसकी वैलिडिटी सिर्फ 30 दिन की होंगी है। जेकर तुम कल हो तो टोरंटो के घूमन के लिए एक हफ्ते का खर्चा 1,15,000 के नेड़े तेड़े आएगा। कनेडा की करंसी कनेडियन डॉलर है जिसते इंडिया के कनेडा के 1 डॉलर के 60 रुपए बनते हैं। इसी जी कनेडा के शहर टोरंटो बारे कुछ रोचक तत्व से डूंघिया जानकारियां तो साड़ी वीडियो कितना लिख कमेंट करके जरूर दसना। साडे फेसबुक पेज जोटी भी जरूर फॉलो करना। धन्यवाद।